ਮੈਨੂੰ ਦੂਰ ਵਿਆਹੂੰ। ਜਦੋਂ ਮੈਂ ਮਾਂ ਤੋਂ ਕੁਝ ਖਾਣ ਲਈ ਮੰਗਦੀ ਜਾਂ ਫਿਰ ਮੇਰੀ ਆਵਾਜ਼ ਕਿਸੇ ਹੋਰ ਗੱਲੋਂ ਬਾਪੂ ਦੇ ਕੰਨੀ ਪੈਂਦੀ ਤੇ ਇਹੋ ਸ਼ਬਦ ਮੇਰੇ ਲਈ ਸੁਗਾਤ ਸਨ, ਤੈਨੂੰ ਦੂਰ ਵਿਆਹੂੰ। ਬਾਪੂ ਮੇਰੇ ਨਾਲ ਕੋਈ ਹੋਰ ਗੱਲ ਤਾਂ ਕਰਦਾ ਨਹੀਂ ਸੀ, ਭਾਵੇਂ ਸ਼ਬਦ ਮੇਰੇ ਮਨ ਨੂੰ ਚੰਗੇ ਨਹੀਂ ਲੱਗਦੇ ਸਨ, ਪਰ ਮਨ ਨੂੰ ਇੱਕ ਤਸੱਲੀ ਸੀ ਕਿ ਬਾਪੂ ਦੀ ਜ਼ੁਬਾਨ 'ਤੇ ਮੇਰੇ ਲਈ ਕੁਝ ਤਾਂ ਹੈ। ਅੱਜ ਅੱਖਾਂ ਭਰੀ ਮੈਂ ਉਹਨਾਂ ਪਲਾਂ ਨੂੰ ਚੇਤੇ ਕਰ ਰਹੀ ਸਾਂ। ਅੱਜ ਮੈਂ ਬਾਪੂ ਨੂੰ ਜਾ ਕੇ ਆਖਾਂਗੀ, ਆ ਉੱਠ ਦੇਖ ਬਾਪੂ, ਮੈਂ ਦੂਰੋਂ ਆਈ ਹਾਂ ਤੈਨੂੰ ਮਿਲਣ। ਜੇ ਨਾ ਉੱਠਿਆ ਤਾਂ ਬਾਹੋਂ ਫੜ ਕੇ ਉਠਾਵਾਂਗੀ ਅਤੇ ਪੁੱਛਾਂਗੀ, ਬਾਪੂ ਲੈ ਲਿਆ ਬਦਲਾ ਕਿਸੇ ਜਨਮ ਦਾ, ਕੱਢ ਲਈ ਦਿਲ ਦੀ ਭੜਾਸ, ਹੋ ਗਿਆ ਤੇਰਾ ਦਿਲ ਰਾਜੀ ਮੈਨੂੰ ਦੂਰ ਵਿਆਹ ਕੇ। ਫਿਰ ਇੱਕ ਸੱਚ ਨੇ ਮੈਨੂੰ ਸੁਪਨੇ 'ਚੋਂ ਕੱਢ ਕੇ ਹਕੀਕਤ ਵਿੱਚ ਲਿਆਂਦਾ। ਬਾਪੂ ਨੂੰ ਕਿੱਥੋਂ ਉਠਾ ਲਵੇਂਗੀ, ਉਹ ਤਾਂ ਸੌਂ ਗਿਆ ਗੂੜੀ ਨਿੰਦਰੇ ਅੱਜ। ਦਿਲ ਕਰਦਾ ਸੀ ਖੰਭ ਲਾ ਕੇ ਉੱਡ ਜਾਵਾਂ, ਬਾਪੂ ਦੀ ਲੋਹ 'ਤੇ ਧਾਹਾਂ ਮਾਰ ਕੇ ਰੋਵਾਂ, ਪਰ ਗੱਡੀ ਤਾਂ ਆਪਣੇ ਝਾਲੇ ਤੁਰੀ ਜਾ ਰਹੀ ਸੀ। ਭਾਵੇਂ ਬਾਪੂ ਦੇ ਦਿਲ ਵਿੱਚ ਮੇਰੇ ਲਈ ਕੋਈ ਥਾਂ ਨਹੀਂ ਸੀ, ਪਰ ਮੇਰੇ ਲਈ ਤਾਂ ਉਹ ਪਿਓ ਸੀ, ਜਿਸ ਪਿਓ ਨੇ ਮੈਨੂੰ ਨਾ ਕਦੇ ਧੀ ਵਾਲਾ ਦਰਜਾ ਦਿੱਤਾ ਅਤੇ ਨਾ ਹੀ ਕਦੇ ਪਿਆਰ। ਹੰਝੂ ਆਪ ਮੁਹਾਰੇ ਅੱਖੋਂ ਬਾਹਰ ਆ ਗਏ। ਮੈਂ ਆਪਣੇ ਰੁਮਾਲ ਨਾਲ ਹੰਝੂਆਂ ਨੂੰ ਬੋਚਿਆ, ਮੇਰੇ ਨਾਲ ਕਿਹੜਾ ਕੋਈ ਹੋਰ ਸੀ ਅਤੇ ਆਸ ਪਾਸ ਬੈਠੇ ਲੋਕਾਂ ਦੀ ਨਿਗਾਹ ਮੇਰੇ ਵੱਲ ਘੁੰਮ ਰਹੀ ਸੀ। ਉਹਨਾਂ ਵਿੱਚ ਮੇਰੇ ਨੇੜੇ ਬੈਠੇ ਲੋਕ ਦੇਸ਼ ਦੇ ਕਿਸੇ ਹੋਰ ਕੋਨੇ ਦੇ ਲੱਗਦੇ ਸਨ, ਉਹਨਾਂ ਦੀਆਂ ਗੱਲਾਂ ਮੇਰੀ ਸਮਝ ਤੋਂ ਬਾਹਰ ਸਨ। ਮੈਂ ਆਪਣਾ ਮੋਬਾਈਲ ਕੱਢ ਕੇ ਵੱਡੇ ਭਰਾ ਦਾ ਨੰਬਰ ਮਿਲਾਇਆ, ਵੀਰ ਮੈਨੂੰ ਸਟੇਸ਼ਨ ਤੋਂ ਆ ਕੇ ਲੈ ਜਾਵੇਂ, ਲਾਗੇ ਆ ਕੇ ਫਿਰ ਫੋਨ ਕਰ। ਮੇਰੀ ਗੱਲ ਨੂੰ ਵਿੱਚੋਂ ਹੀ ਕੱਟਦੇ ਹੋਏ ਉਹ ਬੋਲਿਆ, ਨਹੀਂ ਜੀਤੀਏ ਸਾਥੋਂ ਆ ਨਹੀਂ ਹੋਣਾ, ਤੂੰ ਆਪੇ ਹੀ ਆ ਜਾਵੇਂ, ਨਾਲੇ ਤੈਨੂੰ ਵੀ ਰਾਹ ਦਾ ਪਤਾ, ਸਾਡਾ ਤਾਂ ਆਪਣਾ ਨਹੀਂ ਪਤਾ ਕਦੋਂ ਤੁਰੀਏ, ਘਰੇ ਮਿਸਤਰੀ ਲਾਇਆ ਹੋਇਆ ਵਾ, ਦਿਹਾੜੀ ਤਾਂ ਪੂਰੀ ਕਰਾਉਣੀ ਹੈ ਨਾ ਹੁਣ। ਭਰਾ ਇੱਕੋ ਸਾਹ ਵਿੱਚ ਆਪਣੀ ਮਜਬੂਰੀ ਸੁਣਾ ਗਿਆ, ਫਿਰ ਸੋਚਿਆ ਦੂਜੇ ਭਰਾ ਨੂੰ ਆਖ ਦਿੰਦੀ ਹਾਂ, ਪਰ ਮਨ ਵਿੱਚ ਔੜੀ ਕਿ ਪਤਾ ਨਹੀਂ ਉਹ ਵੀ ਕੀ ਜਵਾਬ ਦੇਊ। ਇਹ ਸੋਚ ਕੇ ਮੈਂ ਮੋਬਾਈਲ ਪਰਸ ਵਿੱਚ ਪਾ ਲਿਆ। ਬਾਪੂ ਨੂੰ ਜਾ ਕੇ ਪੁੱਛਾਂਗੀ ਕਿ ਬਾਪੂ ਤੇਰੇ ਪੁੱਤਾਂ ਨੇ ਕਿੰਨੀ ਕੁ ਸੇਵਾ ਤੇਰੀ ਕੀਤੀ, ਸ਼ੇਰ ਆਖਦਾ ਹੁੰਦਾ ਸੀ ਉਦੋਂ ਤਾਂ, ਹੁਣ ਤੇਰੇ ਸ਼ੇਰ ਮੈਨੂੰ ਤਾਂ ਬਾਪੂ ਸ਼ਾਇਦ ਦੁਨੀਆਂ 'ਚ ਆਉਣ ਹੀ ਨਾ ਦਿੰਦਾ, ਜਾਂ ਫਿਰ ਆਉਂਦਿਆਂ ਹੀ ਗਲਾਂ ਘੁੱਟ ਕੇ ਮਾਰ ਦਿੰਦਾ। ਬਾਪੂ ਦੀ ਜਿਨ੍ਹਾਂ ਨਾਲ ਬਹਿਣੀ ਉੱਠਣੀ ਸੀ ਉਹ ਅੱਤ ਦਰਜੇ ਦੇ ਨਸ਼ੇੜੀ ਸੀ, ਭਾਵੇਂ ਬਾਪੂ ਆਪ ਸ਼ਰਾਬ ਤੋਂ ਬਿਨਾਂ ਕੋਈ ਹੋਰ ਨਸ਼ਾ ਨਹੀਂ ਸੀ ਕਰਦਾ, ਪਰ ਯਾਰੀ ਤਾਂ ਚੰਦਰੇ ਲੋਕਾਂ ਨਾਲ ਸੀ। ਉਸ ਰਾਤ ਮਾਂ ਦਾ ਚਿੱਤ ਬਹੁਤ ਘਬਰਾ ਰਿਹਾ ਸੀ, ਅਜੇ ਥੋੜ੍ਹੇ ਹੀ ਦਿਨ ਟੱਪੇ ਸਨ, ਮਾਂ ਨੇ ਬਾਪੂ ਨੂੰ ਨਹੀਂ ਦੱਸਿਆ ਸੀ ਅਜੇ ਮੈਂ ਮਾਂ ਦੇ ਪੇਟ ਵਿੱਚ ਆ ਗਈ ਸਾਂ। ਮਾਂ ਨੂੰ ਗੋਲੀ ਲਿਆ ਕੇ ਦੇਣ ਦਾ ਆਖ ਬਾਪੂ ਘਰੋਂ ਨਿਕਲਿਆ ਸੀ, ਪਰ ਗੋਲੀ ਲਿਆਉਣ ਦੀ ਥਾਂ ਆਪਣੇ ਯਾਰਾਂ ਦੀ ਢਾਣੀ ਵਿੱਚ ਜਾ ਬੈਠਾ। ਮਾਂ 2 ਘੰਟੇ ਉਡੀਕਦੀ ਰਹੀ, ਜੁੰਡਲੀ ਦੀ ਆਪਸ ਵਿੱਚ ਲੜਾਈ ਹੋ ਗਈ, ਨਸ਼ੇ ਨੇ ਹੋਸ਼ ਭੁਲਾ ਦਿੱਤੇ ਅਤੇ ਬਾਪੂ ਥੋੜ੍ਹਾ ਹੋਸ਼ ਵਿੱਚ ਸੀ, ਤਾਂ ਉਸਨੇ ਬੜਾ ਸਮਝਾਇਆ ਬੁਝਾਇਆ, ਪਰ ਹੱਥੋਂ ਪਾਈ ਹੁੰਦਿਆਂ ਇੱਕ ਜਣਾ ਬੁੜਕ ਗਿਆ। ਪੁਲਿਸ ਨੇ ਸਾਰੀ ਜੁੰਡਲੀ ਨੂੰ ਕਤਲ ਦੇ ਕੇਸ ਵਿੱਚ, ਜਦੋਂ ਬਾਪੂ ਬਾਹਰ ਆਇਆ ਤਾਂ ਮੈਨੂੰ ਵੇਖ ਜ਼ਹਿਰ ਉਗਲਣ ਲੱਗਿਆ, ਮੇਰੇ ਪਿੱਛੋਂ ਕਿੱਥੇ ਯਾਰੀਆਂ ਪਾ ਲਈਆਂ, ਕਿਹਦਾ ਪਾਪ ਆਏ। ਮਾਂ ਲਈ ਇਹ ਸ਼ਬਦ ਅਸਹਿ ਸਨ, ਪਰ ਆਪਣੀ ਔਲਾਦ ਦਾ ਸਬੂਤ ਉਸਨੇ ਦੇ ਦਿੱਤਾ। ਫਿਰ ਬਾਪੂ ਨੇ ਨਵਾਂ ਢੌਂਗ ਕੱਢ ਲਿਆ, ਇਸ ਮਨਹੂਸ ਕਰਕੇ ਮੈਨੂੰ ਜੇਲ੍ਹ ਜਾਣਾ ਪੈ ਗਿਆ, ਇਹ ਤੇਰੇ ਢਿੱਡ 'ਚੋਂ ਵੜੀ ਅਤੇ ਮੈਂ ਜੇਲ੍ਹ 'ਚੋਂ, ਸਾਡੇ ਖਾਨਦਾਨ ਨੇ ਕਦੇ ਥਾਣਿਆਂ ਦਾ ਮੂੰਹ ਨਹੀਂ ਸੀ ਵੇਖਿਆ, ਇਹਨੂੰ ਮੇਰੇ ਤੋਂ ਪਰੇ ਹੀ ਰੱਖੀ, ਮੇਰੇ ਮੂਹਰੇ ਨਾ ਆਉਣ ਦੇ ਇਹਨੂੰ। ਬਾਪੂ ਨੂੰ ਮੈਂ ਪੁੱਛਣਾ ਚਾਹੁੰਦੀ ਸਾਂ ਕਿ ਉਹ ਜੇਲ੍ਹ ਗਿਆ ਤਾਂ ਆਪਣੀ ਗਲਤੀ ਕਰਕੇ, ਮੇਰੇ ਜੰਮਣ ਕਰਕੇ ਕਿੰਝ। ਮੈਨੂੰ ਮਨਹੂਸ ਆ ਕੇ ਉਹ ਆਪਣੇ ਗੁਨਾਹ ਲੁਕਾ ਲੈਣਾ ਚਾਹੁੰਦਾ ਸੀ। ਸਮੇਂ ਦੀ ਤਾਣੀ ਵਿੱਚ ਮੈਂ ਵੇਲ ਵਾਂਗ ਵਧਣ ਲੱਗੀ, ਮਾਂ ਮੇਰੇ ਖੰਭਾਂ ਨੂੰ ਪ੍ਰਵਾਸ ਦੇਣਾ ਚਾਹੁੰਦੀ ਸੀ, ਪਰ ਬਾਪੂ ਦੇ ਡਰ ਨੇ ਮੇਰੇ ਖੰਭਾਂ ਨੂੰ ਖੋਲ੍ਹਣ ਦੀ ਇਜਾਜ਼ਤ ਹੀ ਨਾ ਦਿੱਤੀ। ਮੈਥੋਂ ਵੱਡੇ 2 ਭਰਾਵਾਂ ਲਈ ਬਾਪੂ ਹੱਥੀਂ ਛਾਵਾਂ ਕਰਦਾ, ਚੰਗੇ ਸਕੂਲਾਂ ਵਿੱਚ ਪੜ੍ਹਾਉਣ ਮਗਰੋਂ ਕਾਲਜਾਂ ਵੱਲ ਤੋਰਿਆ। ਮਾਂ ਨੇ ਬੜੀ ਮੁਸ਼ਕਲ ਨਾਲ ਮੈਨੂੰ 5ਵੀਂ ਕਰਾਈ। ਬਾਪੂ ਦੀ ਨਫ਼ਰਤ ਮੈਨੂੰ ਸੋਚਣ ਲਈ ਮਜਬੂਰ ਕਰਦੀ ਕਿ ਬਾਪੂ ਮੇਰੇ ਨਾਲ ਇੰਨਾ ਵਿਤਕਰਾ ਕਿਉਂ ਕਰਦਾ। ਮੇਰੇ ਅਤੇ ਮੇਰੇ ਭਰਾਵਾਂ ਵਿੱਚ ਜੋ ਫਰਕ ਸੀ ਉਹ ਬਾਪੂ ਦੀ ਨਜ਼ਰ ਵਿੱਚ ਬਹੁਤ ਵੱਡਾ ਸੀ। ਜੇ ਮੈਂ ਮਾਂ ਨਾਲ ਕੋਈ ਗੱਲ ਕਰ ਰਹੀ ਹੁੰਦੀ ਤਾਂ ਬਾਪੂ ਦੇ ਕੰਨੀ ਪੈ ਜਾਂਦੀ, ਤਾਂ ਉਹ ਝੱਟ ਅੱਗ ਬਗੁਲਾ ਹੋ ਉੱਠਦਾ, ਬੋਲ ਲੈ ਜਿੰਨਾ ਬੋਲਣਾ ਤੂੰ, ਤੈਨੂੰ ਤਾਂ ਮੈਂ ਐਸੇ ਥਾਂ ਵਿਆਹੂੰ ਜਿੱਥੋਂ ਤੂੰ ਕਦੇ ਆ ਨਾ ਸਕੇ ਅਤੇ ਨਾ ਹੀ ਤੇਰੇ ਬੋਲ ਸਾਡੇ ਕੰਨੀ ਪੈਣ। ਮਾਂ ਦੀਆਂ ਸੀਨੇ ਵਿਚਲੀਆਂ ਸਿਸਕੀਆਂ ਆਖ ਰਹੀਆਂ ਹੁੰਦੀਆਂ, ਤੇਰੇ ਕੰਨਾਂ ਨੂੰ ਹੀ ਬੋਲ ਚੰਗੇ ਨਹੀਂ ਲੱਗਦੇ, ਮੈਂ ਤਾਂ ਢਿੱਡੋਂ ਜਣੀ ਹਾਂ, ਮੇਰੇ ਦਿਲ ਤੋਂ ਪੁੱਛ ਕੇ ਦੇਖ ਮੈਂ ਕਿਵੇਂ ਦੂਰ ਕਰਾਂ। ਫਿਰ ਮਾਂ ਮੇਰੇ ਚਿਹਰੇ ਤੋਂ ਪੜ੍ਹਨਾ ਚਾਹੁੰਦੀ ਸੀ ਕਿ ਮੇਰੇ ਉੱਤੇ ਬਾਪੂ ਦੇ ਤਿੱਖੇ ਬੋਲਾਂ ਦਾ ਕੀ ਅਸਰ ਪੈਂਦਾ, ਪਰ ਮੇਰੇ ਚਿਹਰੇ 'ਤੇ ਚਿੰਤਾ ਦੀ ਕੋਈ ਲਕੀਰ ਨਾ ਵੇਖ ਕੇ ਆਪਣੇ ਬੋਝ ਤੋਂ ਸੁਰਖਰੂ ਹੋ ਜਾਂਦੀ। ਬਾਪੂ ਦੀ ਬੇਰੁਖੀ ਦਾ
मेरे ते कोई असर तां ही पै सकदा सी जे मैं कदे बापू दा प्यार माणिया हुंदा। जद तो बापू नाल वाह पिया सी सिर्फ गालां ही नसीब होईयां सन। कदी प्यार मिलिया हुंदा तां बापू दे प्यार दी अख पछाण दी। वीरे गलती करदे तां बापू नूं कोई दुख ना हुंदा ते मैं जिवें गलतियां दा पुतला। मां किहड़ा पिछों सुखी आई सी। मां 4 साल दी सी जदों उसका प्यो जहानों तुर गया सी। मां दी मां मेरी नानी नूं उसके पेके लै गए ते किते होर तोर दिता। मां नूं उसके चाचियां ने पालिया ते व्याया। एक तां चाचे डंग टपाऊ सी ते उत्तों अड़बी बापू टकर गया। फिर की सी, दोनों धिरां ने ही बिना वजह ही बहाना लभिया ते एक दूजे ने मेल मिलाप बंद कर दिता। बापू की किहड़ी अपने शरीके कबीले नाल बहुती बनती सी। गड्डी दी कू कू ने मैनू जादां दी नींद तों उठा दिता। गड्डी रोक गई सी, कोई स्टेशन ते नहीं आया सी। गुरुद्वारे दे दर्शनां लई संगत आई हुई सी। मैं फिर किसी जात दे कोने विच जा चुड़ी। मैनू तां बापू की कैद विच किसी गुरुद्वारे जाण दी इजाजत नहीं सी। मेरे आनंद कारजां वाले दिन बापू पता नहीं मैनू किवें लै गया सी। आनंद कारज जिन्हां दे अर्थ उदों मैं की जाणदी सी। ना कोई रसम, ना कोई शगन विहार, चूड़ियाँ लो चूड़ियाँ आवाज़ दिंदा वंजारा आया सी गली विच। पता नहीं कित्थों मैनू चाह चढ़िया उस दिन। मैं मां नूं कहा, बीबी चूड़ियाँ लै दे, लाल जां हरे रंग दियाँ, कच दियाँ। मां सिर ते पाथियां दा टोकरा लैके चुल्हे मुरे रखण जा रही सी। विचारी ने झट थाई टोकरा तार वणजारे नूं सद मार ली। वणजारे ने मेरी सज्जी वीणी विच हरियां चूड़ियाँ चढ़ा दित्तियां ते खब्बी बांह विच चूड़ियाँ चढ़ाउण लई मैं उस दे अगे अजे कीती ही सी कि बापू बाहरों आ गया। उस दियां अखां विच लाली साफ नज़र आ रही सी। उसने मेरी वंगा वाली बांह फड़ खड़ा कर लिया ते कोले नाल 2-3 मारिया। मेरियां चूड़ियां दे तड़क तड़क करके टुकड़े हो गए। मेरी वीणी विच वंगा दे टुकड़े खुबण नाल खून वगन लगा। खून दे तुपके तिप तिप करदे हेठां डिगे, वंगा दे हरे टोटियां नूं लाल करन लगे। मां ने गल वाली चुन्नी नाल मेरी बांह नूं वलेट लिया ते वेड़े विच आउंदे बापू ने पाथियां वाले टोकरे नूं पैर मार सारे वेड़े विच खिलार दिता ते उच्ची उच्ची बोलन लगा, किवें चा चढ़िया वंगा दा, तेरे गल फाहा पाउणा ही पैणा मैनू। बुड़बुड़ाउंदा बापू बाहर नूं निकल गया। मां पाथियां इकट्ठियां करन लगी। मैं तां इस टोकरे वांग रही सी जिवें जी करदा जिहदा जी करदा ठेडा मार दिंदा। बापू शामी घर परतिया ते मां नूं 2-3 बाहर जाण दा आख तुर गया। तीजे दिन बापू रात दिन ढले घर परतिया। अपने हाथ विचला लफाफा मां दे मूहरे करदा बोलिया, सूट आ इहदे विच, रातों रात तैयार कर ले, सवेरे आनंद देने आ। एनी छेती अजे दी उम्र? मां दे वाक नूं पूरा होण तों पहलां पिछों टोकदे होए बापू बोलिया, मैं तेरी बकवास नहीं सुननी, मैं जो कहता उही होणा। अगों मां दी हिम्मती नहीं पई कि उह बापू तों कुछ पुछ सकदी। कित्थे भेजण लगा मेरी धी नूं, मुंडा किहो जिहा, की करदा, परिवार, पिंड, अग्गा पिछा? सारे प्रश्न मां दे सीने विच प्रश्न चिन्ह बन के रह गए। मां ने मेरे वल गौर नाल तकिया जिवें रातों रात वह मेरी कच्ची उम्र पकाउणा चाहुंदी होवे। मुड़ उसने पेटी दे विछाड़ थल्लों 100 रुपए का एक नोट चक्किया। मैं हुणे आउनी आ, आखदी मां बाहर नूं तुर गई। मैं अपने सामने पए लाल सूट नूं वेख्या। ना मेरे चेहरे ते कोई खुशी सी, ना ही कोई दुख। मेरे चित्त चों एक ख्याल जरूर उभरिया सी, शायद बापू दे पिंजरे चों निकल के थोड़े चिर मगरों मां वापस मुड़ आई। मां लाल रंग दियां चूड़ियां ते मेहंदी लैके आई सी। अज पहली बार मां ने हट्टी ते जाण दा हिया पता नहीं किवें कर लिया सी। उसने कौली लैके मेहंदी पिओ दित्ती। मुड़ मां सूट कट्टण बैठ गई। ठंडी मिठी रुत सी। सूट कट के उसने मैनू रजाई दे के मंजे ते बिठा दिता। बाहरों बौकर दा एक तीला लै आई ते मेरे हत्थां ते मेहंदी नाल वेल बूटे वाहुण लगी। नाल ही मूहों वाहेगुरू वाहेगुरू उचारण लगी। रब का नाँ उचारती हुई मन अंदर वह मेरी अगली जिंदगी दे सुख दियां दुआवां कर रही सी। धीए मैनू माफ़ कर दी, 12 साल की भी कोई उम्र हुंदी व्याहुण दी, मेरा वस नहीं चलता। रब तैनू सुख देवे ते इस नरक चों निकलण चलीए। यह गलों चंगा हो गया। मां अपने मन नाल गल्लां करके अपने आप नूं तसली दे के खुश हो रही सी, जिवें उह किसे बोझ तों सुरखरू हो जाना चाहुंदी होवे। पर अंदरले सीने की होक दसती सी कि वह माँ वाले दर्द तो वंचित नहीं हो सकी सी। माँ ने विंगे टेढ़े फुल बूटे मेरे हाथ से वाह दिते। मेहंदी ला के वह सूट सियाउण बह गई। सवेरे उस वक्त माँ ने मैनू जगा के नहाउण लई कहा। ना कोई सखी,
ना कोई रिश्तेदार। मां कली ने वटना मलिया। वो अपने वालों जिन्हें हो सकते सन वो शगन विहार करना चाहती सी। यह भी कोई विह सी जिथे मैं ते मां ही मेल सी। ना कोई गीत, ना रौला रप्पा, ना मैं माइए बैठी ते ना ही बापू ने सानू दोवां नू कार च बिठाया ते एक गुरुद्वारे विच लै गया। मेरा चेहरा अद्धा घुंड कढ के लुका दिता ते मेरी धौण भी इन्नी वी सी। मैं चोर अखां नाल चुन्नी विचों झाती मार के कुछ तकना चाहिया, बस दो तीन उपरे चेहरे नजर आए। बापू ने वीरां नू भी नहीं सी बुलाया। पता नहीं उन्हां नू भी विआह बारे पता सी कि नहीं। जे वह विआह बारे कुछ जानते भी होए तां की, वह भी तो बापू की बोली ही बोलते सन। बापू उन्हां दी हर रीत जो पूरी करता सी। अचानक गड्डी दी चीख ने मैनू जादा दे भवजल तो बाहर कढ़िया। बाहर तकिया मेरा स्टेशन आ गया सी। मैं अपने समान वाला बैग चुकिया ते स्टेशन तो बाहर आ गई। रिक्शा लै बस अड्डे ते पहुंची। अपने पिंड वाली बस का पता करके बैठ गई। अद्धे घंटे तक अपने घर पहुँच जाना सी। अपना घर तो बापू ने कभी मेरा होने ही नहीं दिता। आनंद कारजा मगरों मैनू तोर दिता। तोरन लग्या माँ ने बापू की परवाह किए बगैर ही मैनू तह गलवकड़ी पा ली। माँ दियाँ भुब्बां निकल निकल जांदियां सन। माँ तो पत्थर बनी खड़ी सी। बापू लई तां मैं सिर्फ पत्थर ही सी। अज तो ना बापू पत्थर तो भी आजाद हो चलिया सी। भावें कि पत्थर का उसका गुलाम रहा सी। अज तीक मैं बापू नू कदी पूरी तरह तकिया नहीं सी। बापू ने तो मैनू तकन ही की देना सी। बस एक छे फोटा गिठ दी दाड़ी वाला परछावा मेरे जिहन चों सी। कदे रेल, कदे बस ते कदे रिक्शे विच चढ़न उतरन मगरों मैं एक घर विच आ गई सी। रात भी राह विच ही लंघ गई सी। अगले दिन की दोपहर भी लंघ चली सी। घर वड़नों पहला तेल चो के मेरा स्वागत किया गया। माँ दियां दुआवां लेखे लग गई। सहुरा घर मेरे लिए स्वर्ग निकलिया। पति बस 5-6 साल वड्डा सी ते खब्बी लातों थोड़ा लंघा के तुरता सी। सहुरा मेरा निरा देवता सी। दिन रात असीसा नाल मेरी झोली भर दिंदा सी। बापू दे प्यार तो कोरी मेरी आत्मा ने सुकून महसूस किया। कितों तां झोली विच खैरात पई सी। सस हुंदी तां माँ वाली थां नूं पूरा कर दिंदी। समा लंघदा जा रहा सी पर कदी कदी माँ दी याद सीने नूं तूप हुंदी। 4 सालां विच मैं एक मुंडे कुड़ी दी माँ बन गई। माँ बनन मगरों माँ दी होर भी ज़्यादा याद आउंदी। मेरे चोरी चोरी डिगदे अथरुआं नूं मेरे सहुरे ने एक दिन बोझ लिया। उसने मैनू कहा, धीए मैं नहीं जानता तेरा पिंड कहड़ा। सानू तेरे बाप नाल मिलाउण वाला भी गांह दी गांह सी। उहदा मैनू कोई थौ पता नहीं। उन्हें एक गल मुकाई सी, बस तैनू तेरे पेके पिंड बारे ना कुछ पुछना, ना कदे तैनू जाण देना। जे तैनू अपने घर की बहुती याद आउंदी आ तां आपां तैनू मिलवा लिआउने आ। मैनू तां पिंड दा कुछ पता नहीं। तैनू पता कुछ? तेरा बाप कुछ बोलिया तां मैं आपे निबड़ लूं उहदे नाल। मेरे होक्या ने मेरे सहुरे नूं बुक्कल विच लै बाप वाला प्यार वंडाउण लई मजबूर कीता। कुड़े जीतीए तूं ऐ भला? मैं बस उत्तर गली विच तुरी जा रही। मैनू पिछों आवाज़ वजी ते मैं रुक गई। मैं पिछे मुड़ के चाची नूं जवाब दिता, सत श्री अकाल। हाँ चाची, मैं जीती हाँ। मैं चाची नूं गलवकड़ी पा मिली। होर सुना किवें आ कुड़े, हुण पहुंची? कोई लैण नहीं? चाची ने गल आ मैनू सवाल किते। ठीक आ चाची, जदों तुहाडा फोन गया बई बापू बहुता ढिला, उसे वेले तुर पई सां। पर राह चों ही बापू अगों मेरियां अखां हंजुआं नाल भर आईआं। चाची ने मैनू अपने घर वल तोरदिआं कहा, चल केरां घरे अपने, इन्नी लम्मी वाट तों आई ऐ, चाह पाणी पी के चलदे आ। जदों मैनू मेरा सहुरा मेरे पिंड माँ नूं मिलाउण लई लै के आया सी तां असीं इसे शरीके चों चाची लगदी घर रात कट्टी सी। उदों वी चाची ने सद मार के अपने घर बुला लिया सी। चाह पाणी पिया के चाची ने माँ बारे दस्सिया सी, जीतीए तेरी बीबी का बड़ा माड़ा हाल हो गया तैनू तोरन मगरों, मंजे नाल जुड़ के रह गई बेचारी। तेरे वीरां ने कॉलेज चों पढ़दियां कुड़ियां नाल विआह करा ले, वो तां शहरी हो गए, कदे पिंड वन्नी उन्हां ने मूँह ही नहीं किया। तो तेरी बेबे बेचारी मौत नाल घुलदी रही, पर उन्हां दोहां ने आउंदी संगरांद नूं 6 महीने हो जाने मुक्की नूं। माँ तुर गई सी मैनू मिले बगैरी। उहदी आखरी गलवकड़ी दा चेता आया, ओ मना मेरिया, जे माँ ने इंज तुर जाणा सी उदों क्यों ना कुट के मिली, 6 महीने पहलां क्यों ना आई। मैं उहनूं अपने नाल लै जांदी, मेरा अंदरला आपा मैनू लांतां पा रहा सी। हुण मैनू किने दसणा सी बापू दा? वापस मुड़दिआं मेरे सहुरे ने चाची नूं मेरा मोबाइल नंबर लिखा दिता सी।
ਭਾਈ ਜੀਤੀ ਨੂੰ ਕਦੇ ਵੇਲੇ ਕੁਵੇਲੇ ਦੁੱਖ ਦੇ ਸੁੱਖ ਦੇ ਫੋਨ ਕਰ ਲਿਆ ਕਰ ਭਾਈ ਜੀਤੀ ਨੂੰ ਕਦੇ ਵੇਲੇ ਕੁਵੇਲੇ ਦੁੱਖ ਦੇ ਸੁੱਖ ਦੇ ਫੋਨ ਕਰ ਲਿਆ ਕਰ ਲਿਓ। ਅੱਜ ਵੀ ਚਾਚੀ ਚਾਹ ਪਿਉਣ ਮਗਰੋਂ ਬੋਲੀ, ਜੀਤੀਏ 8-10 ਦਿਨਾਂ ਦਾ ਤੇਰਾ ਬਾਪੂ ਬਾਹਲਾ ਹੀ ਢਿੱਲੇ, ਤੇਰੇ ਵੀਰਾਂ ਨੇ ਕੋਈ ਪੁਰਸ਼ ਪ੍ਰਤੀਤ ਨਾ ਕੀਤੀ, ਭਲਾ ਇੰਨਾ ਵੀ ਬੰਦਾ ਕਾਹਦਾ ਕਾਮਾ ਹੋਇਆ ਜੇ ਦੁੱਖ ਦੇ ਸੁੱਖ ਦੇ ਹਾਲ ਹੀ ਨਹੀਂ ਪੁੱਛਣਾ। ਕਾਹਦੀ ਖਾਤਰ, ਮਾਂ ਪਿਓ ਦਿਨ ਰਾਤ ਇੱਕ ਕਰਦੇ ਆ, ਅਤੇ ਔਲਾਦ ਪਿਛਲੇ 3-4 ਦਿਨਾਂ ਤੋਂ ਤੈਨੂੰ ਯਾਦ ਕਰਦਾ ਸੀ, ਅੱਖੇ ਕੋਈ ਜੀਤੀ ਨੂੰ ਸੁਨੇਹਾ ਲੱਭ ਲਾ, ਮੈਂ ਤੇਰਾ ਦਿੱਤਾ ਨੰਬਰ ਬੜਾ ਲਵਾ ਲਵਾ ਕੇ ਦੇਖਿਆ ਪਰ ਮਿਲਦਾ ਹੀ ਨਹੀਂ ਸੀ। ਚਾਚੀ ਕੀ ਕਰਦੀ, ਜਵਾਕਾਂ ਨੇ ਲੜਦਿਆਂ ਫੋਨ ਹੇਠਾਂ ਸੁੱਟਤਾ, ਦੁਕਾਨ ਵਾਲੇ ਨੇ ਠੀਕ ਕਰਨ 'ਤੇ 4-5 ਦਿਨ ਲਾ ਤੇ, ਮੈਂ ਆਪਣੀ ਮਜਬੂਰੀ ਸੁਣਾ ਦਿੱਤੀ ਜਿਹੜੀ ਮੰਦਭਾਗੀ ਸੀ ਮੇਰੇ ਲਈ, ਜਿਹੜਾ ਬਾਪੂ ਨੂੰ ਮਿਲਣਾ ਨਸੀਬ ਨਾ ਹੋਇਆ। ਮੈਂ ਤੇਰੇ ਵੀਰਾਂ ਨੂੰ ਵੀ ਸੁਨੇਹਾ ਭੇਜਿਆ ਵੀ ਜੀਤੀ ਆਪਣਾ ਪਿੰਡ ਦੱਸ ਕੇ ਗਈ ਆ, ਕੋਈ ਜਣਾ ਜਾ ਕੇ ਉਹਨੂੰ ਲੈ ਆਓ, ਪਰ ਜਿਵੇਂ ਤੈਨੂੰ ਦੱਸਿਆ ਉਹਨਾਂ ਦੇ ਕੰਨਾਂ 'ਤੇ ਜੋਈ ਨਹੀਂ ਸਰਕਦੀ। ਸੁਣਿਆ ਬਈ ਬਾਹਾਂ ਦੇ ਇਸ਼ਾਰੇ 'ਤੇ ਨੱਚਦੇ ਆ ਦੋਵੇਂ, ਘਰ ਜਵਾਈ ਬਣਨਾ ਸੌਖਾ, ਤੇਰੇ ਬਾਪੂ ਨੂੰ ਜਿੰਨੀ ਕੋਈ ਦੁਆਦਰ ਹੋ ਸਕੀ ਉੱਨੀ ਕੋਈ ਤੇਰਾ ਚਾਚਾ ਕਰਵਾਉਂਦਾ ਰਿਹਾ, ਦਲੀਆ ਜਾਂ ਖਿਚੜੀ ਬਣਾ ਕੇ ਮੈਂ ਆਪ ਦੇ ਕੇ ਆਉਂਦੀ ਰਹੀ ਹਾਂ। 3 ਦਿਨ ਹੋ ਗਏ ਸੀ ਕੁਛ ਨਹੀਂ ਸੀ ਲੰਘਦਾ ਸੰਗੋਂ, ਬਾਹਲਾ ਔਖਾ ਹੋ ਮੁੱਕਿਆ। ਚਾਚੀ ਨੇ ਸਾਰੀ ਵਿਥਿਆ ਸੁਣਾ ਤਰੀ, ਘਰੋਂ ਤੁਰਨ ਵੇਲੇ ਵੀਰੇ ਨੂੰ ਫੋਨ ਕੀਤਾ, ਉਹਨੇ ਅੱਗੋਂ ਜ਼ਹਿਰ ਉਗਲਿਆ, ਤੂੰ ਆ ਕੇ ਕੀ ਕਰਨਾ ਭਲਾ, ਤੇਰੇ ਬਿਨਾਂ ਕਿਹੜਾ ਬਾਪੂ ਦੀਆਂ ਬਾਹਾਂ ਅਕੜੀਆਂ ਮਿਲਣੋਂ, ਨਾਲੇ ਉਹੀ ਬਾਪੂ ਆ। ਸਹੁਰਾ ਬਿਮਾਰ ਹੋਣ ਕਰਕੇ ਪਤੀ ਨੂੰ ਉਸਦੀ ਦੇਖਭਾਲ ਕਰਨ ਲਈ ਕਿਹਾ, ਬੱਚੇ ਵੀ ਪਤੀ ਦੇ ਹਵਾਲੇ ਕਰ, ਇਕੱਲੀ ਤੁਰ ਪਈ ਸਾਂ। ਮੈਂ ਤੇ ਚਾਚੀ ਘਰ ਵੱਲ ਨੂੰ ਤੁਰ ਪਈਆਂ, ਘਰ ਪਹੁੰਚ ਧਿਆਨ ਨਾਲ ਤੱਕਿਆ, ਘਰ ਹੁਣ ਉਹ ਘਰ ਨਹੀਂ ਲੱਗ ਰਿਹਾ ਸੀ। ਮਾਂ ਇਸ ਨੂੰ ਸਾਫ਼ ਸੁਥਰਾ ਰੱਖਦੀ ਸੀ, ਵਿਹੜੇ ਵਿੱਚ ਘਾਹ ਉੱਗਿਆ ਪਿਆ ਸੀ ਅਤੇ ਵਿਹੜੇ ਵਿੱਚ ਮਾਂ ਦੀ ਆਤਮਾ ਘੁੰਮਦੀ ਨਜ਼ਰ ਆਈ। ਮਾਂ ਤੂੰ ਮੈਨੂੰ ਮਿਲੇ ਬਗੈਰ ਹੀ ਤੁਰ ਗਈ, ਇੱਕ ਵਾਰ ਮੇਰਾ ਘਰ ਵੇਖ ਜਾਂਦੀ, ਆ ਜਾ ਜੀਤੀਏ, ਚਾਚੇ ਨੇ ਮੈਨੂੰ ਹਲੂਣ ਕੇ ਅੱਗੇ ਤੁਰਨ ਲਈ ਕਿਹਾ। ਬਾਪੂ ਤੁਰ ਗਿਆ ਸੀ, ਆਸ ਪਾਸ ਲੋਕਾਂ ਦਾ ਇਕੱਠ ਸੀ, ਬਾਪੂ ਦੀਆਂ ਗੱਲਾਂ ਹੋ ਰਹੀਆਂ ਸਨ ਪਰ ਬਾਪੂ ਨੂੰ ਰੋਣ ਵਾਲਾ ਕੋਈ ਨਹੀਂ ਸੀ। ਬਾਪੂ ਦੇ ਮੂੰਹ ਤੋਂ ਕੱਪੜਾ ਪਾਸੇ ਕਰ ਅੱਜ ਪਹਿਲੀ ਵਾਰ ਨੀਚਲਾ ਤੱਕਿਆ, ਦੇਖ ਕੇ ਤਾਹਾਂ ਨਿਕਲ ਆਈਆਂ। ਮਾਂ ਨੂੰ ਵੀ ਚੇਤੇ ਕੀਤਾ, ਸ਼ਾਮ ਦੇ 4 ਵੱਜ ਚੱਲੇ ਸਨ ਪਰ ਦੋਨਾਂ ਭਰਾਵਾਂ 'ਚੋਂ ਅਜੇ ਕੋਈ ਨਹੀਂ ਸੀ ਆਇਆ। ਸੰਸਕਾਰ ਦਾ ਇੰਤਜ਼ਾਮ ਵੀ ਪਿੰਡ ਵਾਲਿਆਂ ਨੇ ਕੀਤਾ ਸੀ, ਲੋਕਾਂ ਨੇ ਆਪਸ ਵਿੱਚ ਹੀ, ਕੁੜੀ ਹੈਗੀ ਆ ਸੰਸਕਾਰ ਕਰ ਦਈਏ ਹੁਣ, ਇੱਕ ਸਿਆਣੇ ਬਜ਼ੁਰਗ ਨੇ ਕਿਹਾ। ਸ਼ਮਸ਼ਾਨ ਘਾਟ ਜਾ ਕੇ ਮੈਂ ਕਿਹਾ, ਵੀਰੇ ਨਹੀਂ ਤਾਂ ਮੈਂ ਬਾਪੂ ਨੂੰ ਅੰਤਿਮ ਵਿਦਾਈ ਦੇਵਾਂਗੀ। ਕਾਸ਼ ਬਾਪੂ ਅੱਜ ਤੂੰ ਦੇਖਦਾ, ਤੇਰੇ ਫੁੱਲਾਂ ਵਾਂਗਰ ਪਾਲੇ ਪੁੱਤਾਂ ਨੇ ਤੈਨੂੰ ਅੰਤ ਵੇਲੇ ਪਾਣੀ ਵੀ ਨਹੀਂ ਪੁੱਛਿਆ ਅਤੇ ਦੂਰ ਵਿਆਹੀ ਤੇਰੀ ਧੀ ਪੈਂਡੇ ਲੰਘ ਆਈ ਸੀ ਤੇਰੇ ਕੋਲ, ਆਖਰ ਤੈਨੂੰ ਤੇਰੀ ਉਸੇ 'ਤੇ ਨਹੀਂ ਅਗਨੀ ਦਿੱਤੀ ਜਿਹਨੂੰ ਤੂੰ। ਫਿਰ ਮਿਲਦੇ ਹਾਂ ਜੀ ਇੱਕ ਨਵੀਂ ਕਹਾਣੀ ਦੇ ਨਾਲ, ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਫਿਰ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ, ਤਦ ਤੱਕ ਲਈ ਰੱਬ ਰਾਖਾ।